पंजाब बीजेपी दफ्तर ढोल बज रहे ने, जश्न मनाया जा रहा है। चार चो तीन स्टेट्स के अंदर बीजेपी ने जित हासिल की है। प्रधान सुनील जाखड़ होनी इस वे साडे नाल ने। जाखड़ साहब, जित नूं किवें देखदे हो और की कारण रहे कांग्रेस की हार दे, तुसीं क्योंकि उस नूं बेहतर समझदे हो? पहला तो मैं हिंदुस्तान के वोटर नूं सलाम करदा सब, आई सल्यूट दम। ਵੀ ਲੋਕ ਉਹਨਾਂ ਨੂੰ ਅਨਪੜ੍ਹ ਸਮਝਦੇ ਆ, ਗਰੀਬ ਸਮਝਦੇ ਆ, ਪਰ ਉਹ ਐਡਾ ਮਤਲਬ ਲੋਕ ਜਿਹੜੇ ਹੰਕਾਰੇ ਫਿਰਦੇ ਨਾ, ਵੀ ਛੱਤੀਸਗੜ੍ਹ ਤਾਂ ਸਾਡੀ ਜੇਬ 'ਚ ਹੈ, ਰਾਜਸਥਾਨ ਤਾਂ ਲੈ ਹੀ ਲਿਆ, ਮੱਧ ਪ੍ਰਦੇਸ਼ ਖਿੱਚ ਕੇ ਲੈ ਜਾਂਗੇ, ਖਿੱਚ ਤੂੰ ਹੈ। ਸਾਰਿਆਂ ਨੂੰ ਐਡਾ ਵੱਡਾ ਝਟਕਾ ਮਾਰਿਆ ਵੀ ਅੱਜ ਐਵੇਂ ਨਹੀਂ ਸੋਚਦਾ ਕੀ ਹੈ, ਸਾਰੇ ਰੋਲੇ ਫਿਰਦੇ ਆ। ਅੱਜ ਜਿਹੜਾ ਵੋਟ ਪਿਆ ਨਾ ਸਾਹਿਬ, ਉਸ ਵੋਟਰ ਨੇ ਰੇਵੜੀਆਂ ਇੱਕ ਪਾਸੇ ਕਰਤੀਆਂ, ਰੇਵੜੀਆਂ ਵੰਡਣ ਵਾਲੇ ਪਾਸੇ ਕਾਂਗਰਸ ਹਾਈਕਮਾਂਡ ਨੇ ਕਸਰ ਨਹੀਂ ਛੱਡੀ, ਇਹ ਵੀ ਦੇ ਦਿਆਂਗੇ, ਉਹ ਵੀ ਦੇ ਦਿਆਂਗੇ, ਸਾਰਾ ਕੁਛ ਦੇ ਤਾ, ਅੱਜ ਕੋਈ ਕਸਰ ਛੱਡੀ ਨਹੀਂ। ਪਰ ਵੋਟਰ ਨੇ ਦੇਸ਼ ਅੱਗੇ ਰੱਖਿਆ, ਭਾਰਤ ਵਰਸ਼ ਉਹਨਾਂ ਨੇ ਹਿੰਦੁਸਤਾਨ ਅੱਗੇ ਰੱਖ ਕੇ ਗੱਲ ਕੀਤੀ ਹੈ ਵੀ ਭਾਰਤ ਦਾ ਫਾਇਦਾ ਕਿਹੜੀ ਗੱਲ 'ਚ ਹੈ। ਉਹਨੂੰ ਦੇਖਦੇ ਹੋਏ ਉਹਨਾਂ ਨੇ ਦੇਖਿਆ ਵੀ ਕਿਹੜਾ ਬੰਦਾ ਹਿੰਦੁਸਤਾਨ ਨੂੰ ਇਕੱਠਾ ਰੱਖ ਕੇ ਲੀਡਰਸ਼ਿਪ ਦੇ ਸਕਦਾ, ਕਿਹਦੀ ਪੋਲਿਸੀਜ਼ ਠੀਕ ਹੈ, ਕਿਹਦੀ ਨੀਅਤ ਠੀਕ ਹੈ। ਨੇਤ੍ਰਿਤਵ, ਨੀਤੀਆਂ ਅਤੇ ਨੀਅਤ, ਉਹ ਜਦੋਂ ਦੇਖਣ ਲੱਗਦੇ ਹੈ ਉਹਦੇ ਬਾਅਦ ਕਿਸੇ ਵੀ ਨੂੰ ਕੋਈ ਸਿਵਾਏ ਮੋਦੀ ਸਾਹਿਬ ਦੇ ਕੁਛ ਦਿਸਦਾ ਹੀ ਨਹੀਂ। ਆਹ ਵੋਟਾਂ ਮੈਂ ਕਹਿੰਦਾ ਮੋਦੀ ਜੀ ਦੇ ਨੇਤ੍ਰਿਤਵ, ਉਹਨਾਂ ਦੀ ਨੀਤੀਆਂ, ਉਹਨਾਂ ਦੀ ਨੀਅਤ ਨੂੰ ਤੜਕਾ ਲੋਕਾਂ ਨੇ ਲਾਤਾ ਰਾਸ਼ਟਰੀਅਤਾ ਦਾ। ਜਦੋਂ ਆਹ ਇਸ ਕਿਸਮ ਦਾ ਬਣਿਆ ਨਾ ਜੀ, ਉਹਦੇ ਬਾਅਦ ਫਿਰ ਲੋਕਾਂ ਨੇ ਤਾਂ ਇੱਕ ਪਾਸੇ ਤੁਰ ਪਏ ਸਾਰਾ ਹੀ ਕੰਮ, ਜਿਹੜੇ ਕਹਿੰਦੇ ਸੀ ਜੇਬ 'ਚ ਲਈ ਫਿਰਦੇ ਸੀ, ਅੱਜ ਇਹਨਾਂ ਨੂੰ ਸੁਰਤ ਨਹੀਂ ਮਤਲਬ ਭਚੱਕੇ ਰਹਿ ਗਏ। ਆਮ ਆਦਮੀ ਪਾਰਟੀ ਨੇ ਪ੍ਰਚਾਰ ਉੱਥੇ ਬਹੁਤ ਕੀਤਾ, ਬਦਲਾਅ, ਔਰ ਇੱਕ ਮੌਕਾ ਉੱਥੇ ਵੀ ਮੰਗਿਆ, ਪਰ ਲੋਕਾਂ ਨੇ ਨਹੀਂ ਦੇਖ ਦੇਖ ਲਿਆ ਸਭ ਨੂੰ। ਰੋਜ਼ ਰੋਜ਼ ਥੋੜ੍ਹੇ ਲੋਕਾਂ ਨੂੰ ਕਾਠ ਕੇ ਹੰਡੀ ਹਰੇਕ ਥਾਂ ਚੜ੍ਹਦੀ ਨਹੀਂ, ਲੋਕਾਂ ਨੇ ਦੇਖ ਲਿਆ ਪੰਜਾਬ ਦਾ ਪੈਸਾ ਫੂਕਦੇ ਫਿਰਦੇ ਆ। ਲਵਾਂਗੇ ਸਾਹਿਬ, ਉਹ ਵੀ ਲਵਾਂਗੇ ਸਾਹਿਬ। 200 ਸੀਟਾਂ ਦੇ ਉੱਤੇ ਟੋਟਲ ਜਿਹੜੇ ਵੋਟ ਇਹਨਾਂ ਦੇ ਆਉਣੇ ਆ ਨਾ, ਹਰ ਵੋਟ 1,00,000 ਰੁਪਏ ਨੂੰ ਪਊਗਾ, ਪੰਜਾਬ ਦੇ ਲੋਕਾਂ ਦਾ ਪੈਸਾ ਹੈ। ਹਵਾਈ ਜਹਾਜ਼ ਦੇ ਪੈਸੇ ਉੱਥੇ ਭੀੜ ਇਕੱਠੇ ਕਰਨ ਦੇ ਆ, ਜਿਹੜੇ ਰੋਡ ਸ਼ੋਅ ਕੀਤੇ ਆ ਇਹਨਾਂ ਨੇ, ਹੋਰ ਤਾਂ ਉੱਥੇ ਕੀ ਕੀਤਾ, ਰੋਡ ਸ਼ੋਅ ਕੀਤੇ, ਉਹ ਖਰਚੇ ਮਿਲਾ ਕੇ 1,00,000 ਰੁਪਇਆ ਪਰ ਵੋਟ ਨਿਕਲੂਗਾ। ਆਇਆ ਗਿਆ ਕੁਛ ਵੀ ਨਹੀਂ ਉੱਥੇ, ਇਹਨਾਂ ਨੂੰ ਆਪਣੀ ਜਗ੍ਹਾ ਪਤਾ ਲੱਗੀ। ਪਰ ਰਾਸ਼ਟਰੀ ਲੈਵਲ ਦੇ ਉੱਤੇ ਨੈਸ਼ਨਲ ਪੋਲੀਟਿਕਸ ਦੇ ਅੰਦਰ ਇੱਕ ਬਹੁਤ ਵੱਡਾ ਬਦਲਾਅ ਹੈ। ਜਿਵੇਂ ਕਹਿੰਦੇ ਨਾ ਵੀ ਬੰਦਾ ਬੱਚਾ ਜਦੋਂ ਸਾਈਕਲ ਤੋਂ ਡਿੱਗਦਾ, ਉਦੋਂ ਤਾਂ ਲੋਕਾਂ ਨੂੰ ਦਿਖਾਉਣ ਵਾਸਤੇ ਆਪਣੇ ਨਾਲ ਵਾਲੇ ਜਵਾਕਾਂ ਨੂੰ ਦੇਖਣ ਝਾੜ ਝੂੜ ਕੇ ਖੜਾ ਹੋ ਕੇ ਅਸਕੇ ਤੁਰ ਪੈਂਦਾ, ਨਹੀਂ ਮੇਰੇ ਲੱਗੀ ਨਹੀਂ, ਸ਼ਾਮ ਨੂੰ ਫਿਰ ਟੀਸਾਂ ਵੱਜਦੀਆਂ। ਉਹ ਹਾਲ ਕਾਂਗਰਸ ਦਾ ਹੋਊਗਾ ਸਾਹਿਬ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਵਾਪਰਿਆ ਕੀ ਹੈ ਤੁਹਾਡੇ ਨਾਲ। ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਅੱਖ ਨਹੀਂ ਮਿਲਾਉਣੀ ਇਹਨਾਂ ਨਾਲ, ਇਹ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹਿੰਦੇ ਹੈ। ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਭਗਵੰਤ ਮਾਨ ਜੀ ਮਦਰਾਸ ਚੇਨਈ ਦੇ ਵਿੱਚ ਮਗਰ ਫਿਰਦੇ ਸੀ, ਆਪਣੇ ਰਾਹੁਲ ਜੀ ਦੇ ਹੱਥ ਨਹੀਂ ਮਿਲਾਇਆ ਉਹਨਾਂ ਨੇ, ਅਤੇ ਉੱਥੇ ਹੁਣ ਇਹਨਾਂ ਨੇ ਅੱਖ ਨਹੀਂ ਮਿਲਾਉਣੀ 6 ਤਰੀਕ ਨੂੰ। ਹੁਣ ਇਹਨਾਂ ਨੇ ਭਗਵੰਤ ਮਾਨ ਜੀ ਨੇ ਅੱਖ ਨਹੀਂ ਮਿਲਾਉਣੀ, ਉਹ ਆ ਕਹਿਣਗੇ ਆਓ ਜੀ ਕਾਂਗਰਸ ਲੀਡਰ ਕੋਈ ਖੜ ਕੇ ਸਾਹਿਬ, ਆਓ ਭਗਵੰਤ ਮਾਨ ਜੀ ਕੁਰਸੀ 'ਤੇ ਬੈਠੋ, ਕਰਕੇ ਤੁਹਾਨੂੰ ਟੇਢੀ ਕਰ ਲੈਣਗੇ। ਆ ਨੈਸ਼ਨਲ ਪੋਲੀਟਿਕਸ ਦੇ ਅੰਦਰ ਆ ਇੱਕ ਬਦਲਾਅ ਹੈ। ਕਾਂਗਰਸ ਪਾਰਟੀ ਨੇ ਕਹਿੰਦੇ 15 ਸੈਕਟਰ ਢੋਲੀ ਇਕੱਠੇ ਕੀਤੇ ਹੋਏ ਸੀ, ਔਰ ਖਾਸ ਕਰਕੇ ਜਿਹੜੇ ਬੀਜੇਪੀ ਤੋਂ ਕਾਂਗਰਸ 'ਚ ਗਏ ਨੇ, ਉਹ ਵੀ ਉੱਥੇ ਤਿਆਰੀ ਕਰ ਰਹੇ ਸੀ ਕਿ ਬੀਜੇ ਕਾਂਗਰਸ ਜਿੱਤੇਗੀ ਤਾਂ। ਢੋਲ ਦਾ ਤਾਂ ਪਤਾ ਨਹੀਂ, ਪਰ ਕਾਂਗਰਸ ਪੰਜਾਬ ਕਾਂਗਰਸ ਦੀ ਪੋਲ ਨਿਕਲ ਗਈ ਸਾਹਿਬ, ਅਤੇ ਜਿਹੜੇ ਇੱਧਰੋਂ ਗਏ ਸੀ ਮੈਂ ਉਹਨਾਂ ਕੀ ਕਿ ਸਾਡੇ ਤਾਂ ਦੋਸਤ ਹੈ, ਉਹ ਕਹਿੰਦੇ ਨਾ ਦੀਵਾਨੇ ਸਹੀ ਹੈ ਮਤ ਪੁੱਛੋ, ਦੀਵਾਨੋ ਪੇ ਕਿਆ ਗੁਜਰੀ ਹੈ, ਉਹ ਤਾਂ ਹੁਣ ਰਾਤ ਨੂੰ ਟੱਕਰਾਂ ਮਾਰਨਗੇ ਸਾਹਿਬ ਵੀ ਹੋਇਆ ਕੀ ਸਾਡੇ ਨਾਲ। ਪਰ ਅੱਗੇ ਅੱਗੇ ਦੇਖੀਏ ਜੇ ਹੁੰਦਾ ਕੀ ਹੈ, ਬਹੁਤ ਮੌਕੇ ਅਜੇ ਆਉਣਗੇ ਜਿਹਦੇ 'ਚ ਉਹਨਾਂ ਨੂੰ ਮਤਲਬ ਆਪਣੇ ਉਹ ਦੇਖਣਗੇ ਪਿਛੋਕੜ 'ਚ ਵੀ ਆ ਕਰ ਕੀ ਲਿਆ ਸੀ। ਠੀਕ ਜੀ, ਥੈਂਕ ਯੂ। ਸੁਨੀਲ ਗੱਲਬਾਤ ਕਰ ਰਹੇ ਸੀ ਕਿ ਬੀਜੇਪੀ ਦੀ ਜਿਹੜੀ ਹੈ ਉਹ ਜਿੱਤ ਹੋਈ ਹੈ, ਔਰ ਪ੍ਰਧਾਨ ਮੰਤਰੀ ਮੋਦੀ ਦਾ ਜਾਦੂ ਚੱਲਿਆ, ਗਹਿਲੋਤ ਦਾ ਨਹੀਂ, ਔਰ ਪੰਜਾਬ ਕਾਂਗਰਸ ਜਿਹੜੀ ਹੈ ਉਸਦੀ ਛੁੱਟੀ ਹੋਏਗੀ, ਪੰਜਾਬ ਕਾਂਗਰਸ ਮੁਕਤ ਹੋਏਗਾ, ਇਸ ਤਰੀਕੇ ਦੀ ਚੀਜ਼ਾਂ ਕਹੀਆਂ ਨੇ। ਕੈਮਰਾਮੈਨ ਸੁਖਜਿੰਦਰ ਧਾਲੀਵਾਲ ਨਾਲ ਅਮਨ ਭਾਰਦਵਾਜ, ਨਿਊਜ਼ 18, ਚੰਡੀਗੜ੍ਹ।